ਲੇਕਿਨ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਟੀਵੀ ਅਤੇ ਮਤਲਬ ਮੇਜ਼ਬਾਨ ਅਫਜ਼ਾਲ ਅਹਿਮਦ ਬਾਰਾਂ ਮਾਸ਼ਾ ਜੀ ਨਾਲ ਬੜੀ ਨੇ ਦੂਸਰਾ ਡਿਲੀਵਰ ਕੀਤਾ ਚਲੋ ਸਾਨੀ ਫਰੀਜ਼ਨ ਮਾਸ਼ਾ ਜੀ ਨਾਲ ਬਰੀਡ ਲਾਈ ਜੀ ਨਾ ਮੈਨੂੰ ਦਰਸ਼ਵਾਈ ਵੀ ਬਾਈ ਸ਼ਬੀਰ ਸੂਈ ਕਦੋਂ ਹੈ ਇਹਨੂੰ ਜੀ ਦੂਸਰਾ ਦੇ ਸੂਈ ਨੂੰ ਬੋਲੀ ਹੈ ਭਈਆ ਬੋਲੀ ਹੈ ਥੋੜਾ ਛੱਡ ਕੇ ਟੋਰੀ ਮੈਂ ਫਿਰ ਬੱਚਾ ਲਾਸਟ ਬਾਰਾਂ ਦੂਸਰਾ ਦੂਜਾ ਬਾਰਾਂ ਜੀ ਠੀਕ ਹੋ ਗਿਆ ਜੀ ਨਾ ਬੈਕ ਸਾਈਡ ਵਾਟਰ ਚੈੱਕ ਕਰਨਾ ਸਾਫ਼ ਸੁਥਰਾ ਮਾਸ਼ਾ ਜੀ ਨਾਲ ਵਾਟਰ ਬਸ ਲਾਇਆ ਸੀ ਵਾਪਸ ਇਹ ਨਾ ਪਿੱਛੇ ਬੱਚਾ ਜੀ ਲਾਸਟ ਬੱਚਾ ਬੋਲਾ ਦੋ ਟਾਈਮ ਦਾ ਬਾਈ ਸਪੀਡ ਕਿੰਨਾ ਕੁ ਹੋਇਆ ਜੀ 16-17 ਲੀਟਰ ਮੈਂ ਟਾਈਮ ਦਾ 8 ਲੀਟਰ ਹੈ ਹੁਣ ਹਾਲੇ ਤਾਜ਼ੀ ਸੂਈ ਮੇਰਾ ਭਾਈ ਠੀਕ ਚੋਣ ਸੋਨੇ ਰੰਗੀ ਸਾਫ਼ ਸੁਥਰੀ ਕਰਮਾ ਚਲੋ ਹੁਣ ਸਾਹਮਣੇ ਆ ਜਾਣੀ ਹੈ ਸੂਈ ਜਦੋਂ ਕਰਾਵਾਂਗੇ ਬਰਤਨ ਨੇੜੇ ਕਰ ਦੇ ਦਾਰ ਮਾਰ ਸਾਰੇ ਬੈਸ ਵੀ ਡਿਮਾਂਡ ਕੀ ਬੈਠ ਦੇ ਡਿਮਾਂਡ ਮੇਰਾ ਬਾਈ 4.5 ਕਰਦੇ ਫਾਈਨਲ ਆਪਾਂ 4,40,000 ਲਾ ਦਈਏ ਡਿਮਾਂਡ 4.5 ਫਾਈਨਲ 4,40 ਬੋੜਾ ਤੁਸੀਂ ਦੱਸਿਆ 15-16 ਲੀਟਰ ਆਦਰ ਪੰਪ ਦਾ
ਪੱਤਰ ਪਾ ਦੇ ਬਸ ਪੱਤੀ ਵਧੀਕ ਬਹੁਤ ਹੀ ਬਾਲਟੀ ਕਿੰਨੇ ਲੀਟਰ ਦੀ ਬਾਈ ਜੀ? 6 ਲੀਟਰ ਦੁੱਧ ਜਿਹੜਾ ਜੀ ਆਪਾਂ ਦੱਸਾਂ ਅੱਲਾ ਦੇ ਹੁਕਮ ਨਾਲ ਵਧੇਗਾ ਘਟੇਗਾ ਨਾਲੇ ਹਾਲੇ ਦੱਸ ਕਹਿੰਦੇ ਵਜੇ ਬੋਲ ਆਇਆ ਬੋਲੀ ਇਹ ਅੱਲਾ ਦੇ ਹੁਕਮ ਨਾਲ ਕਿਸੇ ਦੇ ਦੁੱਧ ਤੇ ਚੜ੍ਹਨੀ ਬੈਠ ਤੇ 20 ਕਿਲੋ ਦੁੱਧ ਚੜ੍ਹਨੀ ਬੱਚੇ ਨੂੰ ਛੱਡ ਦਿੱਤਾ ਹੈ ਲੋਕੇਸ਼ਨ ਜਨਾਬ ਤਸੀਲ ਦੀ ਬਾਲਪੁਰ ਡਿਸਟ੍ਰਿਕਟ ਕੁਕੜਾ ਜਨਾਬ ਸਾਡੀ ਲੋਕੇਸ਼ਨ ਹੈ ਵੀਡੀਓ ਜਨਾਬ ਪਸੰਦ ਆਵੇ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਨਾਲ ਜਨਾਬ ਸ਼ੇਅਰ ਜ਼ਰੂਰ ਕੀਤਾ ਕਰੋ ਮਿਲਾਂਗੇ ਜਨਾਬ ਇੱਕ ਅੱਛੀ ਔਰ ਲਾਜਵਾਬ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਅਫਜ਼ਲ ਅਹਿਮਦ ਕੋਲ ਇਜਾਜ਼ਤ ਧੰਨਵਾਦ।